ਓਏ ਤਾਂ ਕਦੇ ਵੀ ਇਸਲਾਮੀ ਹਿਸਟਰੀ 'ਚ ਕੰਮ ਨਹੀਂ ਹੋਇਆ, ਧੀਆਂ ਸਵਾਰ ਗਿਆ ਲੋਕਾਂ ਹੀ ਦੱਸਣਾ ਹਜ਼ਰਤ। ਇਹ ਤਾਂ ਕਾਫਰ ਵੀ ਕੰਮ ਨਹੀਂ ਕਰਨੇ ਦੇ ਜਿਹੜੇ ਮੈਂ ਤਾਂ ਤੁਸਾਂ ਕਰਨੇ ਆ ਪਿਆ ਹਜ਼ਰਤ। ਜਵਾਨ ਧੀਆਂ ਬਨਾ ਸਵਾਰ ਗਿਆ ਲੋਕਾਂ ਨੇ ਅੱਗੇ ਖਲਾ ਛੋੜਨੀ ਆ। ਦੁਲਹਾ ਜਿਹੜਾ ਜਾਣਾ ਨਾ ਦੁਲਹਾ ਨੇ ਇੰਨੇ ਵਾਸਤੇ ਹਜ਼ਰਤ ਬਰਾਤ ਜਾਣੀ ਹੈ ਤਾਂ ਦੁਲਹਨ ਵਾਲੇ ਕਿਆ ਕਰਨੇ? ਇਸਤਕਬਾਲ ਕਰਨੇ। ਜਿਤਨੀਆਂ ਜਵਾਨ ਬੱਚੀਆਂ ਨੇ ਮਹੱਲੇ ਦੀਆਂ, ਖੂਬਸੂਰਤ ਕੱਪੜੇ ਲਵਾ ਗਏ, ਖੂਬਸੂਰਤ ਮੇਕਅਪ ਕਰਾ ਗਏ, ਬਰਾਤ ਨੇ ਇਸਤਕਬਾਲ ਵਾਸਤੇ ਖਿਲਾਈਆਂ ਜਾਣੀਆਂ। ਫਿਰ ਜਿਹੜੀ ਸਾਲੀ ਹੋਣੀ ਹੈ ਜਾਂ ਕਰੀਬੀ ਜਿਹੜੀ ਰਿਸ਼ਤੇਦਾਰ ਹੋਣੀ ਹੈ ਉਸ ਦੁਲਹਨ ਨੇ, ਉਹ ਕਿਆ ਕਰਨੀ ਹੈ? ਦੁੱਧ ਨਾਲ ਗਲਾਸ ਪੋੜੇ ਆ ਤੇ ਜਨਾਬ ਮੂਵੀ ਵਾਲਾ ਫਿਰ ਆਣਾ ਹੀ ਆ, ਪਿਛਾ ਹੋ ਗਿਆ ਹੋਰ ਚਿਹਰੇ ਤੋਂ ਪਿਛਾ ਹਟਾ ਗਿਆ, ਫਿਰ ਜਨਾਬ ਮੂਵੀ ਬਣਾਉਣਾ, ਫਿਰ ਦੁੱਧ ਪੇਸ਼ ਕੀਤਾ ਜਾਣਾ ਦੁੱਲੇ। ਮੈਂ ਫਿਰ ਉਹਨਾਂ ਦੁਲਹਨ ਵਾਲੇ ਆਣਾ, ਮੈਂ ਆਣਾ ਉਹ ਗਸਾਲਾ ਦੁੱਧ ਪਿਲਾ ਤਾਂ ਦੁੱਲੇ ਨੇ ਗਲੇ 'ਚ ਅੜ ਜਾਏਗਾ, ਉਹ ਗਲਾਸ ਪਿਲਾ ਤਾਂ ਥੱਲੇ ਨੀ ਢਲਣਾ ਦੁਲਹਨ ਨੇ, ਜ਼ਿਆਦਾ ਢਲਣਾ ਪੈਣੂ ਨਾ ਹਜ਼ਰਤ। ਕਿਉਂ ਅਸਾਂ ਅੱਲਾ ਰਸੂਲ ਕੀ ਨਾਰਾਜ਼ ਕਰਨੇ ਹਜ਼ਰਤ? ਓਏ ਤਾਂ ਕਦੇ ਵੀ ਇਸਲਾਮੀ ਹਿਸਟਰੀ 'ਚ ਕੰਮ ਨਹੀਂ ਹੋਇਆ, ਧੀਆਂ ਸਵਾਰ ਗਿਆ ਲੋਕਾਂ ਹੀ ਦੱਸਣਾ ਹਜ਼ਰਤ। ਇਹ ਤਾਂ ਕਾਫਰ ਵੀ ਕੰਮ ਨਹੀਂ ਕਰਨੇ ਦੇ ਜਿਹੜੇ ਮੈਂ ਤਾਂ ਤੁਸਾਂ ਕਰਨੇ ਆ ਪਿਆ ਹਜ਼ਰਤ। ਜਵਾਨ ਧੀਆਂ ਬਨਾ ਸਵਾਰ ਗਿਆ ਲੋਕਾਂ ਨੇ ਅੱਗੇ ਖਲਾ ਛੋੜਨੀ ਹੈ, ਤੇ ਅਕਲ ਨਹੀਂ ਮੰਨੀ ਬੰਦੇ ਨੀ ਹਜ਼ਰਤ ਅਕਲ। ਫਿਰ ਉਸ ਤੋਂ ਬਾਅਦ ਤੱਕੋ, ਮੈਂ ਆਣਾ ਵਾ ਸ਼ਾਦੀ ਵਾਲੇ ਦਿਹਾੜਾ ਨਾ, ਸ਼ਾਦੀ ਵਾਲੇ ਦਿਹਾੜਾ ਸਾਡੀਆਂ ਧੀਆਂ ਭੈਣਾਂ ਨੇ ਜਿਸਮ ਦਾ ਜਿਹੜਾ ਕੱਪੜਾ ਹੋਣਾ ਨਾ ਕੱਪੜਾ, ਉਸਨੇ ਨਾਲੋਂ ਜ਼ਿਆਦਾ ਕੱਪੜਾ ਬਾਬਾ ਤੇ ਕੁਰਸੀਆਂ ਤੇ ਮੇਜ਼ ਹੋਣੇ ਨਜ਼ਰਤ। ਇਬਰਤ ਹਾਸਲ ਕਰਿਆ ਕਰੋ, ਕੁਰਸੀ ਤੇ ਮੇਜ਼ ਕੀ ਤੱਕ ਹੋਇਆ, ਐਡਾ ਐਡਾ ਮੋਟਾ ਕੱਪੜਾ ਕੁਰਸੀ ਤੇ ਮੇਜ਼ ਤੇ ਪਿਆ, ਲੇਕਿਨ ਸਾਡੀ ਧੀ ਨੇ ਸਿਰਫ ਦੁਪੱਟਾ ਕੋਈ ਨੀ ਹਜ਼ਰਤ। ਕੱਪੜੇ ਜੇ ਐਨ ਤੇ ਇੱਥੇ ਤੇ ਤੱਕ ਸ਼ਾਰਟ ਕੱਪੜੇ ਨੇ, ਬਾਰੀਕ ਜਾਲੀ ਵਾਲੇ ਕੱਪੜੇ ਨੇ। ਉਲਾਮਾ ਇਕਰਾਮ ਫਰਮਾਇਆ ਕਿ ਜਿਸ ਕੱਪੜੇ ਨੇ ਅੰਦਰ ਬਾਲਾਂ ਦੀ ਝਲਕ ਨਜ਼ਰ ਆਵੇ ਦੁਪੱਟੇ ਅੰਦਰ, ਉਸ ਦੁਪੱਟੇ ਵਿੱਚ ਔਰਤ ਨੀ, ਨਮਾਜ਼ ਨੀ ਹਜ਼ਰਤ। ਸ਼ਰੀਅਤ ਉਸ ਕੀ ਪਸੰਦ ਨਹੀਂ ਕੀਤਾ ਤੇ ਅਸਾਂ ਨੇ ਸਿਰੇ ਪਰ ਰੱਖਣਾ ਬਰੀਕ ਤੇ ਦੋ ਲੈ ਹੀ ਗਏ ਨਜ਼ਰਤ, ਰਿਹਾ ਹੀ ਕੋਈ ਨੀ ਦੁਪੱਟਾ। ਪਹਿਲੇ ਤੁਸਾਂ ਤੱਕੋ ਟੋਪੀ ਵਾਲਾ ਭੁਰਕਾ ਸੀ, ਭੁਰਕੇ ਤੋਂ ਬਾਅਦ ਫੈਂਸੀ ਭੁਰਕਾ ਆਇਆ ਏ, ਇਸ ਤੋਂ ਬਾਅਦ ਮੋਟੀ ਚਾਦਰ ਆਈ, ਮੋਟੀ ਚਾਦਰ ਤੋਂ ਬਾਅਦ ਦੁਪੱਟਾ ਆਇਆ ਗਲੇ 'ਚ, ਗਲੇ ਤੋਂ ਬਾਅਦ ਆਇਆ ਕੰਧੇ 'ਚ, ਕੰਧੇ ਤੋਂ ਬਾਅਦ ਹੁਣ ਡਰਾਮੇ ਵਾਲਿਆਂ ਨਾ ਅੱਲਾ ਤਬਾਰਕ ਵਾਤਾਲਾ ਉਹਨੇ ਹਦਾਇਤ ਦਿਆ ਭਲਾ ਕਰਿਆ, ਉਹਨਾਂ ਬਿਲਕੁਲ ਹੀ ਲਵਾ ਛੋੜਿਆ ਜ਼ੁਲਮ। ਮੈਂ ਸੋਚਣਾ ਮੈਂ ਉਹ ਜਿਹੜੀ ਕੌਮ ਰਾਤੀ ਚੀਨੀ ਨੇ ਡੱਬਾ ਖੁੱਲਾ ਨਹੀਂ ਛੋੜਨੀ, ਚੀਨੀ ਨੇ ਡੱਬੇ ਪਰ ਢੱਕਣ ਚਾੜ ਕੇ ਸਹਿਣੀ ਹੈ, ਜਿਹੜੀ ਕੌਮ ਆਟੇ ਵਾਲੀ ਮੱਟੀ ਨਾ ਢੱਕਣ ਦੇਣਾ ਨਹੀਂ ਭੁੱਲਣੀ, ਤੇ ਉਹ ਸਿਰਾ ਨੇ ਦੁਪੱਟਾ ਔਰਤ ਨੇ ਕਿਸੇ ਭੁੱਲ ਜਾਣੀ ਹਜ਼ਰਤ। ਉਸਕੀ ਸਿਰੇ ਨੇ ਦੁਪੱਟੇ ਨੀ ਕੋਈ ਫਿਕਰ ਨੀ, ਚੀਨੀ ਨੇ ਡੱਬੇ ਨੇ ਢੱਕਣਾ ਨੀ ਫਿਕਰ ਹੈ, ਮੱਟੀ ਨੇ ਆਟੇ ਨੀ ਜਨਾਬ ਢੱਕਣੇ ਨੀ ਫਿਕਰ ਹੈ, ਦੁਪੱਟੇ ਔਰਤ ਨੇ ਨੀ ਫਿਕਰ, ਕੋਈ ਨੀ ਰਹਿ ਗਈ। ਇਹ ਪੁੱਛ ਹੋਵੇਗੀ ਹਜ਼ਰਤ ਕਿਆਮਤ ਵਾਲੇ ਦਿਨ, ਇੱਥੋਂ ਜਾਣ ਤਾਂ ਦਿਓ ਸਭ ਰਾਜਪੂਤੀਆਂ ਚੁਦਰਾ ਤਾਂ ਰਹਿ ਜਾਣਗੀਆਂ ਉੱਥੇ ਹਜ਼ਰਤ। ਜਿਲ੍ਹਾ ਫਰਿਸ਼ਤੇ ਪੁੱਛੇ ਨਾ ਦੱਸ ਕਰਨਾ ਕਿਆ ਕਰ ਰਹੇ ਹਜ਼ਰਤ, ਫਰਿਸ਼ਤੇ ਨੀ ਪੁੱਛਣਾ ਵਾ ਕਿਹੜੀ ਬਰਾਦਰੀ ਨਾਲ ਤਾਲਕ ਸੀ ਤਾਂ ਕਿਹੜੀ ਗੱਡੀ ਸੀ ਜਨਾਬ ਕੋਲ ਤਾਂ ਕਿਹੜੀ ਕੋਠੀ ਸੀ, ਕਿਹੜਾ ਅਹੁਦਾ ਸੀ ਜਨਾਬ ਨੇ ਕੋਲ, ਦੱਸਦਾ ਸੀ ਸਲੂਟ ਮਾਰ ਰਹੇ ਸਨ ਬੰਦੇ ਨਜ਼ਰ ਮਾਰਨੇ ਹਜ਼ਰਤ। ਇਸ ਵਜ੍ਹਾ ਤੂੰ ਇਹ ਸੋਚਣਾ ਚਾਹੀਦਾ ਹਜ਼ਰਤ, ਮੈਂ ਇਹ ਬੜਾ ਸੋਚਿਆ, ਮੈਂ ਆਖਿਆ ਬਈ ਕਿਹੜੀ ਵਜ੍ਹਾ ਨਾਲ ਅਸਾਂ ਧੀਆਂ ਭੈਣਾਂ ਨੇ ਸਿਰਾ ਤੋਂ ਦੁਪੱਟਾ ਲੈ ਗਿਆ, ਤੇ ਮੈਂ ਇਸ ਨਾਲ ਸਵਾਲ ਪੁੱਛਿਆ ਅਕਬਰ ਅਲਾਬਾਦੀ, ਅਕਬਰ ਅਲਾਬਾਦੀ ਜਵਾਬ ਦਿੱਤਾ, ਫਿਰ ਇਸ ਨਾਲ ਬੜਾ ਕਰਾਰਾ ਜਵਾਬ ਦਿੱਤਾ ਅਕਬਰ ਅਲਾਬਾਦੀ ਆਣਾ ਮੌਲਵੀ ਚੱਲਿਆ, ਤੁਸੀਂ ਨੀ ਪਤਾ ਹਾਮਿਦਾ ਚਮਕੀ ਨਾ ਥੀ ਇੰਗਲਿਸ਼ ਸੇ ਜਬ ਬੇਗਾਨਾ ਥੀ, ਅਬ ਹੈ ਸ਼ਮੇ ਅੰਜਮਨ ਪਹਿਲੇ ਚਲਾ ਕੇ ਖਾਨਾ ਥੀ। ਉਹ ਇਕਬਾਲ ਆਣਾ ਮੌਲਵੀ ਤੂੰ ਗੌਰ ਕਰ, ਇਹ ਉਸ ਨੇ ਨਹੀਂ ਸੀ ਚਮਕੀ ਜਿਹੜਾ ਸਕੂਲ ਕਾਲਜ ਨਾ ਮੂੰਹ ਨਹੀਂ ਸੀ ਤੱਕਿਆ ਹਜ਼ਰਤ, ਇਹ ਜਿਲ੍ਹਾ ਉੱਧਰ ਗਈ ਹੈ ਤੇ ਚਮਕ ਦਮਕ ਸਾਰੀ ਜਿਹੜੀ ਹੈ ਫਰਮਾਇਆ ਉੱਥੇ ਨਾ ਫੈਜ਼ ਹੈ।